के चाचू जी ने चाचू शबीर ने चाचू नवीद ने दरवाजे जड़े से खड़े कर दिए अज बहुत ही खुश रहना ते कहन दे ऐसे चाचू भी हाँ हम सारे जलेबियाँ खवाओ तो पापा इस चले जलेबियाँ ना अगला जड़ा भी सिखाया अपने पैर पर बना लेने शेयर कर मेरे बहन भैया सारी वीडियो पूरी बात करना रेस्ट ही नहीं लेनी वो काम तो छुट्टी करके शबीर भाई भी ते नवीद होने भी भुख लग गई टाइम भी हो गया वा 12 1 बजे दा ला आसमान तो दे वीरे अल्लाह पाक खैर करे रोटी चलो बुरखी खा लैन चाय पीती सुबह चने की दाल अल्लाह पाक करे खैर नाल रायता बनाया दही मैं चलो रोटी खा लैन नाल पानी पूनी दिनी फिर चाह फिर बना के दिनी अल्लाह पाक उन्होंने सेहत दसियो ਰਾਤਾ ਰੋਤਾ ਸਹੀ ਆ ਮੂਨਾ ਵੀ ਸਾਲਾ ਸਹੀ ਬਹੁਤ ਪਿਆਰਾ ਬਣਾ ਤਾ ਵੀ ਸਾਲਾ ਮਾਸ਼ਾਅੱਲਾ ਵੀ ਤੇਰੀ ਹਾਂਡੀ ਦੇ ਕੇ ਨੂੰ ਬੜੀ ਪਸੰਦ ਮੈਂ ਐਸੇ ਤਾਂ ਪਾਣੀ ਆ ਛੋਰੇ ਵਾਲੀ ਨਹੀਂ ਬਣਾਈ ਮੈਂ ਸੁੱਕੀ ਬਣਾਈ ਏ ਮੇਰਾ ਭਰਾ ਮੈਂ ਕਿਹਾ ਰੋਟੀ ਰਾਜ ਕੇ ਖਾ ਲੈਣ ਸਵੇਰ ਦਾ ਚਾਹ ਪੀਤੀ ਹੋਈ ਏ ਤੇ ਫਿਰ ਐਸ ਵੇਲੇ ਭੁੱਖ ਵੀ ਵੈਸੇ ਵੀ ਲੱਗ ਜਾਂਦੀ ਆਮਨਾ ਨੂੰ ਹੋਰ ਲਿਆ ਦੇ ਰਿਮਸ਼ਾ ਸਾਨੂੰ ਥੋੜਾ ਜਿਹਾ ਬੜੀ ਬੜੀ ਇੱਕ ਪਲੇਟ ਦੋਨ ਖਾ ਲਾਂ ਇਹਨੂੰ ਨਿੱਕੇ ਨੂੰ ਵੀ ਐਸਨ ਨੂੰ ਵੀ ਖਵਾਓ ਅੱਲਾ ਪਾਕ ਖੈਰ ਕਰੇ ਨਵੀ ਤੁਸੀਂ ਵੀ ਵੀਰੇ ਕੋਈ ਚੀਜ਼ ਲੈ ਲਿਓ ਹੋਰ ਸਾਦਾ ਸ਼ੁਗਰ ਘਰ ਵੀ ਇੱਕ ਪਲੇਟ ਦੋਵੇਂ ਹੀ ਖਾਣੇ ਖਾਣਾ ਵੀਰੇ ਇਦਾਂ ਹੀ ਖਾਣਾ ਚਾਹੀਦਾ ਸਲੋਕ ਇਤਫਾਕ ਇਹਨੂੰ ਹੀ ਆਂਦੇ ਇਸ ਚੀਜ਼ ਨੂੰ ਹੀ ਆਂਦੇ ਸਲੋਕ ਅੱਲਾ ਪਾਕ ਹਮੇਸ਼ਾ ਤੁਹਾਨੂੰ ਇਦਾਂ ਹੀ ਰੱਖੇ ਨਾਲੇ ਫਿਰ ਜਿਹੜੀ ਆਪਣੀ ਜ਼ਿੰਦਗੀ ਹੈ ਫਿਰ ਇਹਨਾਂ ਤੋਂ ਬਰਦਰ ਨਾ ਹੋ ਸਕਦੇ ਹਾਂਜੀ ਅੱਲਾ ਸਾਹ ਕਰਾ ਜਹਾਨ ਰੱਖਿਆ ਰੋਸ਼ਨੀ ਜੀ ਅੱਛਾ ਰੋਜ਼ਾਨਾ ਕੋਈ ਗੱਲ ਨਹੀਂ ਵੀਰੇ ਇਹ ਆਪੋ ਆਪਣੇ ਦਿਲ ਦੀ ਖੁਆਇਸ਼ ਇਨਸਾਨ ਦੀ ਚੱਲ जलेबियां वैसे यार मिस्त्रियां नू रोज ते जलेबियां चंगियां नहीं हैं सानू रोज चंगियां सी रोज खांदे मिठा कहंदे बहुत दाड़ा नू खराब करदा ए भी गल ठीक है तेरी हैं ए भी गल ठीक है अल्लाह खैर करे दंत पाई से उधर बेचारा ने खवाईयां से अच्छा आज दरवाजे लाए आज खवाईयां वा कोई गल नहीं इन्ने तो वक्फे ते खवाई रखो कुछ नहीं हुंदा अल्लाह पाक जलेबियां पा लियां जी हुन ट्रे दे विच चलो अच्छा अल्लाह खैर खाओ खाओ करेंगे ਹੁਣ ਮੈਂ ਮਿੱਠਾ ਕਰਾਂਗੇ ਤੇ ਮਾਸ਼ਾਅੱਲਾ ਨਾਲ ਬਸ ਕੰਮ ਵੀ ਇਹਦਾ ਮਿੱਠਾ ਮਿੱਠਾ ਕਰੀ ਰੱਖੋ ਨਾ ਦੇਖੋ ਜੀ ਜਲੇਬੀਆਂ ਲੈ ਕੇ ਆਏ ਹੋ ਖਾਓ ਬੋਏ ਭਾਈ ਜਿੰਨੇ ਕੇ ਪੈਸੇ ਸੀ ਉਹਨੀਆਂ ਕੇ ਲਏ ਆ ਬਸ ਠੀਕ ਅੱਲਾ ਅੱਛਾ ਜੀ ਖਾਓ ਹੁਣ ਜਲੇਬੀਆਂ ਫਿਰ ਟਿੰਡੇ ਵਾਲੇ ਬੁੱਲੀ ਦੀਆਂ ਆਇਆ ਜਾਨੀ ਭੱਜਾ ਭੱਜਾ ਤੂੰ ਵੀ ਖਾ ਲੈ ਹੋਲੀ ਹੋਲੀ ਹਸਨ ਵੀ ਆਇਆ ਹੋਇਆ ਖਾਣ ਵਾਸਤੇ ਅੱਜ ਕਹਿ ਰਿਹਾ ਜਲੇਬੀਆਂ ਮਰਜ਼ੀ ਤੇ ਬੈਠਾ ਹੀ ਖਾ ਜਾਨੀ ਖਾ ਲੈ ਮੈਂ ਵੀ ਖਾ ਕੇ ਵੇਖਾਂ ਜਾਨੀ ਅੱਗੇ ਮੈਂ ਨਟਾ ਬਣਾਉਂਦਾ ਸੀ ਮੈਂ ਕਿਹਾ ਪੁੱਤ ਸੁਣਾ ਅਸੀਂ ਵੀ ਪਾਪਾ ਕੋਈ ਤੇ 10 ਰੁਪਏ ਮੰਗੀ ਦੇ ਲੱਗ ਹੁੰਦਾ ਨਾ ਦੋਸਤਾਂ ਨੂੰ ਲੱਗ ਦੋਸਤਾਂ ਨਾ 10 ਰੁਪਏ ਮੰਗਣੇ ਸੌਖੇ ਆ ਕਰਕੇ ਖਾਣੀ ਬਹੁਤ ਔਖੀ ਹੈ ਹੂੰ ਜਿੱਥੇ ਵੇਖੋ ਪਏ ਮੰਜੇ ਟਾਲ ਕੇ ਜਿੱਥੇ ਵੇਖੋ ਭਾਵੇਂ ਪਏ ਕੋਈ ਕੰਮ ਹੀ ਨਹੀਂ ਕਰਦਾ ਫੇ ਕੋਈ ਨਹੀਂ ਅੱਲਾ ਸੇਹ ਦੇਵੇ ਹੂੰ ਜਿੰਨੇ ਵੀ ਕਰਨਾ ਆਪਣੇ ਵਾਸਤੇ ਕਰਨਾ ਆਪਣੇ ਵਾਸਤੇ ਕਰਨਾ ਕਿਹੜਾ ਕਿਸੇ ਵਾਸਤੇ ਹਾਂਜੀ बारिश ना होने की वजह से चक घा बोर थी सुख सक गया किसी को चले गया ਕਦੀ ਕਿਸੇ ਨੇ ਡੇਕ ਲਾ ਲਈ ਕਦੀ ਕਿਤੇ ਫਰੀ ਲਾ ਲਿਆ ਬਣੀ ਹੋਵੇ ਤੇ ਫਿਰ ਇਦਾਂ ਹੀ ਅੱਲਾਹ ਮਾਸ਼ਾਅੱਲਾ ਪਾਣੀ ਦੀ ਵਜ੍ਹਾ ਨਾਲ ਸਾਰਾ ਬਾਗ ਸੁੱਕੀ ਜਾਂਦਾ ਹਾਂ ਬਾਗਾਂ ਦੀ ਪਤਾ ਨਾਲ ਤੇਰਾ ਜੀ
चलो बस इना हूं भेड़ा छद भी दे ਨਾਲੇ ਬੱਚੇ ਫਿਰ ਇੱਥੇ ਆਰਾਮ ਨਾਲ ਬੈਠੇ ਰਹਿੰਦੇ ਆ ਘਰ ਕੰਮ ਕਰਦੇ ਆ ਮਿੱਟੀ ਨਾਲ ਹੁਣ ਮਾਲ ਦੀ ਕਰਦੀ ਹੁਣ ਮਿੱਟੀ ਨਾਲ ਮੇਰੇ ਅੱਜ ਹੱਥ ਕੱਟਾ ਕੋਈ ਮਿੱਟੀ ਕੋਈ ਕੱਟਾ ਮੇਰੇ ਅੱਜ ਹੱਥ ਛਿੱਲੇ ਗਏ ਸ਼ਬੀਰ ਨਾਲ ਇੱਟਾਂ ਫੜਾ ਫੜਾ ਕੇ ਛੇਟ ਵੀ ਵੱਜ ਗਈ ਹੁਣ ਜਲਦੀ ਕਰ ਲਓ ਹੁਣ ਤੁਸੀਂ ਆ ਜਾਓ ਤੇ ਮੈਂ ਹੁਣ ਰੋਟੀ ਬਣਾਈਏ ਭੱਜ ਨੱਠ ਕੇ ਨਵੀਦ ਦੀ ਬੇਗਮ ਨੇ ਵਿਚਾਰੀ ਤੇ ਮੈਂ ਤਾਂ ਇੱਟਾਂ ਫੜਾਉਂਦੀ ਹਾਂ ਹੁਣ ਹੱਥ ਹੀ ਧੋ ਕੇ ਅੰਦਰ ਹੀ ਗਈ ਸੀ ਆਓ ਮੈਂ ਤੁਹਾਨੂੰ ਆਪਣੀ ਭੇਡਾਂ ਹੀ ਵਿਖਾਵਾਂ ਆ ਜੀ ਮੇਰੀ ਭੇਡਾਂ ਆ ਗਈਆਂ ਅੱਲਾ ਖੈਰ ਕਰੇ ਆ ਮੇਰਾ ਖਤਰਾ अपने भैन भरा शेयर करना पिया अपने नस्ल तो कान वेख लो बिलकुल छोटे छोटे शौक ना रखिया बड़े शौक न माशाल्लाह थान चढ़ा हूं तो सून वाली है जो सू गई आड़ा थान चढ़ा ना अल्लाह खैर करे हाँ जी हजे तो बेचारिया भुखियां सुबह दियां खड़िया वा नदी नई मली स्कूल गए हाँ मेरी वो छतरी है जी पहला हाँ जी ये तीसरा बारह सोना छतरी ने हाँ जी मैं किन्ने दी सी 1500 दी ते फाली भी ते इन्नी के दूध नाल है के मैं फीटर ना निक्की जी पाली बिल्कुल निक्की जी 2-2 किलो दूध लेके इन पियाया करे सुन वाली है हां जी ये सू की निक्के निक्के बच्चे दोगी क्या माशाल्लाह उस्ताद मौलवियां दी भेड़ मोटी नहीं हुंदी आ मौलवियां दी भेड़ मां मस्जिद दी भेड़ जी ओ जिदा विच रहंदे उस्ताद पुछदे उस्ताद कहंदे अपनी तुसी भेड़ा मोटियां करिया ना साडी भेड़ नहीं हुण क्या उस्ताद जी नाल ही खांदियां नहीं बन्नियां नाल ही खांदी हां उस्ताद जी नाल की रोग आ की नहीं हां जी असी तां आख्या सी होर लै दो आ एक होर मसाई आंदी जी उन्हें आ ले ली दित्ती है निक्की जी आ देख सकदे ये मैं अग्गे भी दिखाई सी निक्की जी बिल्कुल हां जी दूध दूध पींदी ना ओदी मां आ गई भेड़ दी ले ली हां जी आ ले लावा हां जी एदी मां किधर गई है एदी मां इत्थे फिरदी है आ खड़ी है एदी मां आ खड़ी हां हां आ खड़ी हां जी अल्लाह खैर खैर करे जी ओ ये भी बेंदी आ मेरी एक भेड़ हुई सी ओहो जड़ी 1500 ही ले ली तां दिखाई दई सी हां जी आ ओदा पोता ये मैं रखिया कुर्बानी वास्ते हां जी अल्लाह सानू हिम्मत दे कुर्बानी देनी है जी ए साडी भेड़ जो अपनी है ते फिर कल नु टेंशन तां नहीं ना बणदी भेड़ा ओदा ले ला ये मैं आके रखिया कुर्बानी वास्ते एदी मैं कुर्बानी देनी है अल्लाह खैर करे कुर्बानी तक अल्लाह एदा सिर सलामत रखे बस हां जी ये बहुत बड़ा छतरा बन जियो ने जी करो अल्लाह खैर करे जिंदगी करे एदे विच जिंदगी दे नाल गल्लां करन 4-5 लाख मेरे जाती अपने हां जी बकाया लाख सारे दिहारे दे अल्लाह पाक लोकां ने लेके दित्ते मेनू मैं सांप दा वो भी अपने ही अल्लाह पाक खैर करे मेरे अपने मेहनत करता मजदूरी करता सारा दिन देख सकदे जी मेरा हालात अजे तक मैं सुबह दी रोटी चाह दी प्यारी पीती अजे तक रोटी नहीं खादी हुण खानी है ਤੇ ਪਹਿਲੋ ਇਹਨਾਂ ਦਾ ਪਹਿਲੋ ਮਾਲ ਦੇ ਟੈਕ ਆਇਆ ਹੁਣ ਮੈਂ ਨਵਾਂ ਡੇਕ ਲੈ ਕੇ ਆਇਆ ਡੇਕ ਖਾਣਗੀਆਂ ਰੱਜਣਗੀਆਂ ਤੇ ਫੇਰ ਮੈਨੂੰ ਸਕੂਨ ਹੋਊਗਾ ਹਾਂਜੀ ਮਾਲ ਨਹੀਂ ਹੁਣ ਆਉਂਦੇ ਨਾ ਸਕੂਲੋਂ ਤਾਂ ਫਿਰ ਛੱਡ ਦੇ ਮਾਲ ਹਾਂਜੀ ਹਾਂਜੀ ਪਤਾ ਨਹੀਂ ਮੈਨੂੰ ਸਕੂਲੋਂ ਆ ਲੈਣ ਇਹਦੀ ਮਾਂ ਉਹ ਹੀ ਧੀ ਆ ਅੱਲਾ ਖੈਰ ਕਰੇ ਮਾਸ਼ਾਅੱਲਾ ਦੇਖ ਸਕਦੇ ਆ ਥਾਲ ਕਿਤਾ ਵੀ ਦੁੱਧ ਹੀ ਮਹਿਲਾ ਠੀਕ ਦਿੰਦੀ ਤੇ ਕਹਿੰਦੇ ਬੱਕਰੀ ਦੁੱਧ ਦੀ ਸ਼ਿਫਾ ਬਹੁਤ ਆ ਸ਼ੌਂਕ ਤਾਂ ਰੱਖੀ ਆ ਵੀ ਸੋਵੀਆਂ ਨੂੰ ਸ਼ੌਂਕ ਬਹੁਤ ਆ ਬੱਕਰੀਆਂ ਦਾ ਅਰੇ ਨਵੀ ਪਾਕ ਨੇ ਦੁੱਧ ਵਿੱਚ ਦੱਸਿਆ ਨਹੀਂ ਕਿ ਬੱਕਰੀ ਦੁੱਧ ਦੀ ਕਿੰਨੀ ਸ਼ਿਫਾ ਆ ਸੋਵੀਆਂ ਨੇ ਸਿਰ ਤੇ ਬੱਲੇ ਆਈ ਸੋਲਿਆਂ ਨਾਲ ਵਿਕੇ ਤੇ ਸਾਡੇ ਨਵੀਆਂ ਪਕੰਬਰਾਂ ਨੇ ਵੀ ਚਾਰੀਆਂ ਵਾ ਸਿਆਣੇ ਨੇ ਆ ਕੇ ਮੈਂ ਤੇ ਉਹੋ ਹੀ ਬਸ ਲੈ ਕੇ ਤੁਰਿਆ ਫਿਰਦਾ ਉਹ ਚਾਰ ਸਕਦੇ ਤੁਸੀਂ ਵੀ ਚਾਰ ਸਕਦੇ ਮਗਰ ਚਰਾ ਕੋਈ ਨਹੀਂ ਬਾਹਰ ਕਦੀ ਮਿੱਸਾ ਮੁੱਲ ਲੈ ਲੈਣਾ ਛੋਲਿਆਂ ਦਾ ਲੈ ਲਿਆ ਕਦੀ ਮੂੰਗੀ ਦਾ ਲੈ ਲਿਆ ਕਦੀ ਦਰਖਤ ਮੁੱਲ ਲੈ ਲਿਆ ਅੱਜ ਸਵੇਰ ਮਿੱਸਾ ਪਾਇਆ ਤੇ ਅੱਜ ਨਾ ਖਾਦਾ ਨਹੀਂ ਇਹਨਾਂ ਨੇ ਇਹ ਮਿੱਸਾ ਮੀਂਹ ਨਾਲ ਖਰਾਬ ਹੋ ਗਿਆ ਇਹ ਨਹੀਂ ਖਾਣਾ ਹਾਂਜੀ ਇਹ ਬਾਰਿਸ਼ ਨਾਲ ਜਿਹੜਾ ਮਿੱਸਾ ਆਤ ਕੇ ਬਾਰਿਸ਼ਾਂ ਪਈਆਂ ਵਾ ਹਾਂਜੀ ਤੇ ਬਾ ਇਦਾਂ ਜੀ ਆ ਇੰਨੇ ਕਿ ਨਾਗ 18-19 ਮੇਰੇ ਕੋਲ ਹੈਗੇ ਆ ਅੱਲਾ ਪਾਕ 18-19 ਲੱਗ ਬਣਦੇ ਕਿੰਨੇ ਬਣਦੇ ਆਪਣੇ ਲੰਗ ਸਾਰੇ ਇਹ ਨਹੀਂ ਮੈਨੂੰ ਪਤਾ ਇਹਨਾਂ ਨੂੰ ਨਹੀਂ ਪਤਾ ਕਿ ਲੰਗ ਬਣਦੇ 18-19 ਲੱਗ ਇਹਨਾਂ ਦੀ ਵੀ ਤੇ ਰੱਬ ਮੇਰੀ ਵੀ ਕਰੇ ਹਾਂਜੀ ਜਿਹੜਾ ਨਾ ਸਾਰਾ ਦਿਨ ਮਿਹਨਤ ਕਰਦੇ ਆ ਕਰਦੇ ਆ ਜੀ ਸਾਰਾ ਦਿਨ ਨਾਲ ਲੱਗੇ ਰਹੀਦਾ ਰੌਣਕੇ ਤੇ ਸਾਰਾ ਦਿਨ ਕਾਰਕੂਰ ਭੈਣਾ ਭਰਾ ਖੇਰਣਗੇ ਤੇ ਬਾਦੂਆਂ ਦੇਣਗੇ ਰੱਜ ਕੇ ਖਾਣਗੇ ਤੇ ਦੁਆ ਕਰਨਗੇ ਹਾਂਜੀ ਸਾਨੂੰ ਵੀ ਰੱਬ ਦੇਊਗਾ ਉਹਨਾਂ ਰਿਜ਼ਕ ਜ਼ਿਆਦਾ ਤੇ ਇਹਨਾਂ ਦੇ ਵੀ ਦਿਓ ਇਹਨਾਂ ਦੇ ਮੁਕੱਦਰ ਇਹਨਾਂ ਦੇ ਅਗਰ ਮੈਂ ਬੈਨ ਬੈਨ ਨੂੰ ਪਸੰਦ ਆਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਵਿੱਚ ਸਾਨੂੰ ਲਾਜ਼ਮੀ ਦੱਸਿਓ ਸਾਡੀ ਆਈ ਵੀਡੀਓ ਕਿਸ ਤਰ੍ਹਾਂ ਲੱਗੀ ਮੇਰਾ ਨੈਕਸਟ ਵੀਡੀਓ ਚ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਓ ਸਾਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼ ਅੱਲਾ ਹਾਫਿਜ਼।